ਓਸ਼ੋ ਦੇ ਲੈਕਚਰ ਪ੍ਰਸ਼ਨ ਹੈ ਓਸ਼ੋ ਤੁਸੀਂ ਸੰਕਲਪ ਨਾਲ ਸੂਖਮ ਸਰੀਰ ਤੋਂ ਵੱਖ ਹੋਣ ਦੀ ਗੱਲ ਕਹੀ ਕੀ ਜੋ ਸਾਖਸ਼ੀ ਦਾ ਸਾਧਕ ਹੈ ਜਾਂ ਜੋ ਤਥਾਤਾ ਦੀ ਸਾਧਨਾ ਕਰਦਾ ਹੈ ਉਹਦਾ ਸੂਖਮ ਸਰੀਰ ਬਿਨਾਂ ਸੰਕਲਪ ਦੇ ਵੱਖ ਹੋ ਸਕਦਾ ਹੈ ਅਸਲ ਵਿੱਚ ਸਾਖਸ਼ੀ ਦੀ ਸਾਧਨਾ ਕਰਨਾ ਬਹੁਤ ਵੱਡਾ ਸੰਕਲਪ ਹੈ ਤੇ ਤਥਾਤਾ ਦੀ ਸਾਧਨਾ ਕਰਨਾ ਤਾਂ ਸਾਖਸ਼ੀ ਨਾਲੋਂ ਵੀ ਵੱਡਾ ਸੰਕਲਪ ਹੈ ਇਹ ਮਹਾਂ ਸੰਕਲਪ ਹੈ ਜਦ ਇੱਕ ਆਦਮੀ ਇਹ ਤੈਅ ਕਰਦਾ ਹੈ ਕਿ ਮੈਂ ਸਾਕਸ਼ੀ ਬਣ ਕੇ ਜੀਵਾਂਗਾ ਇਸ ਤੋਂ ਵੱਡਾ ਸੰਕਲਪ ਨਹੀਂ ਹੈ ਦੂਸਰਾ ਮਿਸਾਲ ਦੇ ਤੌਰ ਤੇ ਇੱਕ ਆਦਮੀ ਨੇ ਤੈਅ ਕੀਤਾ ਕਿ ਅੱਜ ਮੈਂ ਖਾਣਾ ਨਹੀਂ ਖਾਵਾਂਗਾ ਭੁੱਖੇ ਰਹਿਣ ਦਾ ਫੈਸਲਾ ਕੀਤਾ ਹੈ ਇੱਕ ਆਦਮੀ ਨੇ ਤੈਅ ਕੀਤਾ ਹੈ ਕਿ ਮੈਂ ਖਾਣਾ ਤਾਂ ਖਾਵਾਂਗਾ ਪਰ ਖੁਦ ਨੂੰ ਖਾਂਦਾ ਹੋਇਆ ਨਹੀਂ ਦੇਖਾਂਗਾ ਦੇਖਦਾ ਹੋਇਆ ਦੇਖਾਂਗਾ ਇਹ ਜ਼ਿਆਦਾ ਮੁਸ਼ਕਲ ਸੰਕਲਪ ਹੈ ਖਾਣਾ ਨਹੀਂ ਖਾਣਾ ਕੋਈ ਬਹੁਤ ਵੱਡੀ ਕਠਿਨਾਈ ਦੀ ਗੱਲ ਨਹੀਂ ਹੈ ਸੱਚ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਠੀਕ ਤਰ੍ਹਾਂ ਖਾਣਾ ਮਿਲ ਰਿਹਾ ਹੈ ਉਹਨਾਂ ਲਈ ਮਹੀਨੇ 'ਚ ਕਦ ਦੋ ਦਿਨ ਖਾਣਾ ਨਾ ਖਾਣਾ ਬੜੀ ਸੌਖ ਦੀ ਗੱਲ ਹੈ ਇਸ ਲਈ ਜਦ ਵੀ ਸਮਾਜ ਵਿੱਚ ਠੀਕ ਖਾਣਾ ਮਿਲਣ ਲੱਗਦਾ ਹੈ ਤਾਂ ਵਰਤ ਦਾ ਰਿਵਾਜ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਅਮਰੀਕਾ 'ਚ ਇਸ ਸਮੇਂ ਵਰਤ ਦਾ ਸਿਧਾਂਤ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ ਨੈਚਰੋਪੈਥੀ ਉਸੇ ਵੇਲੇ ਲੋਕਾਂ ਨੂੰ ਫੜ ਲੈਂਦੀ ਹੈ ਜਦ ਲੋਕਾਂ ਨੂੰ ਠੀਕ ਤਰ੍ਹਾਂ ਖਾਣਾ ਮਿਲਣ ਲੱਗਦਾ ਹੈ ਤੇ ਜਚਦੀ ਵੀ ਹੈ ਇਹ ਗੱਲ ਕਿ ਕਦੇ ਉਪਵਾਸੇ ਰਹੋ ਵਰਤ ਵੱਧ ਹੌਲਾ ਤੇ ਵੱਧ ਆਨੰਦਪੂਰਣ ਮਾਲੂਮ ਹੋਣ ਲੱਗਦਾ ਹੈ ਅਸਲ 'ਚ ਗਰੀਬ ਸਮਾਜ ਵਿੱਚ ਹੋ ਵੀ ਸਕਦਾ ਹੈ ਕਿ ਭੁੱਖਾ ਰਹਿਣਾ ਇੱਕ ਸੰਕਲਪ ਹੋਵੇ ਅਮੀਰ ਸਮਾਜ ਵਿੱਚ ਤਾਂ ਭੁੱਖਾ ਰਹਿਣਾ ਇੱਕ ਸਹੂਲਤ ਹੈ ਕਨਵੈਂਸ ਹੈ ਅਸਲ 'ਚ ਜਦ ਸਾਰੀ ਦੁਨੀਆ 'ਚ ਠੀਕ ਤਰ੍ਹਾਂ ਭੋਜਨ ਮਿਲਣ ਲੱਗੇਗਾ ਸਭ ਦੇ ਲਈ ਵਰਤ ਜ਼ਰੂਰੀ ਹੋ ਜਾਏਗਾ ਕਦੇ-ਕਦੇ ਖਾਲੀ ਪੇਟ ਰਹਿਣਾ ਹੀ ਪਏਗਾ ਪਰ ਸਾਕਸ਼ੀ ਹੋਣਾ ਬੜੀ ਮੁਸ਼ਕਿਲ ਗੱਲ ਹੈ ਇਨੂੰ ਅਜੇ ਆ ਸਮਝੋ ਕਿ ਮੈਂ ਫੈਸਲਾ ਕਰ ਲਵਾਂ ਕਿ ਮੈਂ ਨਹੀਂ ਚੱਲਾਂਗਾ ਮੈਂ ਇਸ ਕੁਰਸੀ ਤੇ ਬੈਠਾ ਰਹਾਂਗਾ 8 ਘੰਟੇ ਇਹ ਨੀ ਵੱਡੀ ਗੱਲ ਨਹੀਂ ਹੈ ਕਿਉਂਕਿ ਨਹੀਂ ਚੱਲਣਾ ਤਾਂ ਨਹੀਂ ਚੱਲ ਰਿਹਾ ਮੈਂ ਫੈਸਲਾ ਕਰ ਲਵਾਂ 8 ਘੰਟੇ ਚੱਲਾਂਗਾ ਉਹ ਵੀ ਓਨੀ ਵੱਡੀ ਗੱਲ ਨਹੀਂ ਹੈ ਕਿਉਂਕਿ ਫੈਸਲਾ ਕਰ ਲਿਆ ਤੇ ਚੱਲ ਰਿਹਾ ਸਾਖੀ ਦਾ ਮਤਲਬ ਇਹ ਹੈ ਕਿ ਮੈਂ ਚੱਲਾਂਗਾ ਵੀ ਤੇ ਖੁਦ ਨੂੰ ਜਾਣਾਂਗਾ ਕਿ ਮੈਂ ਨਹੀਂ ਚੱਲ ਰਿਹਾ ਸਾਖੀ ਦਾ ਮਤਲਬ ਕੀ ਹੈ ਕਿ ਮੈਂ ਚੱਲਾਂਗਾ ਵੀ ਤੇ ਜਾਣਾਂਗਾ ਵੀ ਕਿ ਮੈਂ ਨਹੀਂ ਚੱਲ ਰਿਹਾ ਮੈਂ ਸਿਰਫ ਚੱਲਣ ਨੂੰ ਵੇਖ ਰਿਹਾ ਇਹ ਜ਼ਿਆਦਾ ਸੂਖਮ ਸੰਕਲਪ ਹੈ ਮਹਾ ਸੰਕਲਪ ਹੈ ਤੇ ਤਥਾਤਾ ਤਾਂ ਹੋਰ ਵੀ ਮਹਾ ਸੰਕਲਪ ਹੈ ਉਹ ਆਖਰੀ ਸੰਕਲਪ ਹੈ ਉਸ ਤੋਂ ਵੱਡਾ ਕੋਈ ਸੰਕਲਪ ਨਹੀਂ ਹੈ ਇੱਕ ਬੰਦਾ ਮਰਨ ਦਾ ਵੀ ਸੰਕਲਪ ਕਰੇ ਇਹ ਵੀ ਉਹਨਾਂ ਵੱਡਾ ਸੰਕਲਪ ਨਹੀਂ ਹੈ ਤਥਾਤਾ ਦਾ ਮਤਲਬ ਹੁੰਦਾ ਹੈ ਚੀਜ਼ਾਂ ਜਿਵੇਂ ਹਨ ਉਵੇਂ ਹੀ ਸਵੀਕਾਰ ਹਨ ਇਹ ਮਰਨ ਦਾ ਸੰਕਲਪ ਇਹ ਤਾਂ ਕੁਝ ਅਸਵੀਕਾਰ ਤੋਂ ਆ ਰਿਹਾ ਹੈ ਯਾਨੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਮੌਤ ਕੀ ਹੈ ਅਸੀਂ ਜਾਨਣਾ ਚਾਹੁੰਦੇ ਹਾਂ ਮੌਤ ਹੁੰਦੀ ਹੈ ਕਿ ਨਹੀਂ ਨਹੀਂ ਤਾਂ ਥਾਤਾ ਦਾ ਮਤਲਬ ਇਹ ਹੈ ਕਿ ਮੌਤ ਹੋਏਗੀ ਤਾਂ ਮਰ ਜਾਵਾਂਗੇ ਤੇ ਜ਼ਿੰਦਗੀ ਰਹੇਗੀ ਤਾਂ ਜਿਏ ਲਵਾਂਗੇ ਨਾ ਸਾਨੂੰ ਜ਼ਿੰਦਗੀ ਨਾਲ ਮਤਲਬ ਹੈ ਨਾ ਸਾਨੂੰ ਮੌਤ ਨਾਲ ਮਤਲਬ ਹੈ ਹਨੇਰਾ ਆਏਗਾ ਤਾਂ ਹਨੇਰੇ 'ਚ ਬੈਠੇ ਰਹਾਂਗੇ ਰੋਸ਼ਨੀ ਆਏਗੀ ਰੋਸ਼ਨੀ 'ਚ ਬੈਠੇ ਰਹਾਂਗੇ ਚੰਗਾ ਹੋਏਗਾ ਚੰਗਾ ਸਹਿ ਲਾਂਗੇ ਮਾੜਾ ਹੋਏਗਾ ਮਾੜਾ ਸਹਿ ਲਾਂਗੇ ਜੋ ਹੋਏਗਾ ਉਹਦੇ ਲਈ ਅਸੀਂ ਰਾਜ਼ੀ ਆਂ ਸਾਡੀ ਨਰਾਜ਼ਗੀ ਹੈ ਹੀ ਨਹੀਂ ਇੱਕ ਮਿਸਾਲ ਨਾਲ ਤੁਹਾਨੂੰ ਸਮਝਾਉਣਾ ਡਾਇਓਜਨਿਸ ਇੱਕ ਜੰਗਲ ਚੋਂ ਲੰਘ ਰਿਹਾ ਹੈ ਨੰਗਾ ਫਕੀਰ ਹੈ ਬਹੁਤ ਸੋਹਣਾ ਹੈ ਕੁਝ ਅश्चर्य ਨਹੀਂ ਹੋਏਗਾ ਕਿ ਹੋ ਸਕਦਾ ਹੈ ਬੰਦੇ ਨੇ ਆਪਣੇ ਸਰੀਰ ਦੇ ਕੁਝ ਪੁਨੇ ਨੂੰ ਢੱਕਣ ਲਈ ਕੱਪੜੇ ਪਹਿਨਣੇ ਸ਼ੁਰੂ ਕੀਤੇ ਹੋਣ ਵਾਦ ਸੰਭਾਵਨਾ ਇਸੇ ਦੀ ਹੈ ਸਰੀਰ ਦੇ ਜੋ-ਜੋ ਕੁਝ ਅੰਗ ਹਨ ਉਹਨਾਂ ਨੂੰ ਅਸੀਂ ਟਕਨ ਲਈ ਉਤਾਵਲੇ ਆ ਬਹੁਤ ਸੋਹਣਾ ਆਦਮੀ ਹੈ ਡਾਈਜ਼ਨਿਸ ਨੰਗਾ ਹੀ ਰਹਿੰਦਾ ਹੈ ਲੰਘ ਰਿਹਾ ਇੱਕ ਜੰਗਲ ਚ ਚਾਰ ਆਦਮੀਆਂ ਨੇ ਉਹਨੂੰ ਫੜਨ ਦਾ ਵਿਚਾਰ ਕਰ ਲਿਆ ਇਚਾਰੇ ਆਦਮੀ ਗੁਲਾਮਾਂ ਨੂੰ ਫੜਨ ਦਾ ਕੰਮ ਕਰਦੇ ਆ ਉਹਨਾਂ ਨੇ ਸੋਚਿਆ ਜੇਕਰ ਇੰਨਾ ਖੂਬਸੂਰਤ ਆਦਮੀ ਚੱਕਰ ਚ ਆ ਜਾਏ ਤਾਂ ਵਿਕਰੀ ਚੰਗੀ ਹੋ ਸਕਦੀ ਹੈ ਤੇ ਇਹਦਾ ਕੋਈ ਮਾਲਕ ਵੀ ਨਹੀਂ ਦਿਖਾਈ ਦਿੰਦਾ ਕੋਈ ਵਾਲੀ ਵਾਰਸੇ ਦਾ ਦਿਖਾਈ ਨਹੀਂ ਦਿੰਦਾ ਇਕੱਲਾ ਚੱਲਿਆ ਜਾ ਰਿਹਾ ਹੈ ਕਪੜੇ ਲੱਤੇ ਵੀ ਨਹੀਂ ਹੈ ਦੇਖਣ ਚ ਬੜਾ ਸੋਹਣਾ ਲੰਮਾ ਚੌੜਾ ਹੈ ਤੇਜਵਾਨ ਹੈ ਪਰ ਫੜੀਏ ਕਿਵੇਂ ਕਿਉਂਕਿ ਉਹ ਚਾਰੇ ਡਰੇ ਕਿ ਨਾ ਤਕੜਾ ਆਦਮੀ ਕਿਤੇ ਚਾਰਾ ਨੂੰ ਮੁਸ਼ਕਲ ਜੀ ਨਾ ਪਾ ਦੇ ਫਿਰ ਉਹਨਾਂ ਨੇ ਕਿਹਾ ਇੱਕ ਕੋਸ਼ਿਸ਼ ਤਾਂ ਕਰੋ ਵੱਧ ਤੋਂ ਵੱਧ ਇਹ ਹੋਏਗਾ ਕਿ ਥੋੜੀ ਕੁੱਟ ਖਾਵਾਂਗੇ ਤੇ ਭੱਜ ਜਾਵਾਂਗੇ ਉਹ ਚਾਰੇ ਗਏ ਉਹਨਾਂ ਨੇ ਬੜੀ ਤਾਕਤ ਨਾਲ ਉਹਨੂੰ ਇੱਕਦਮ ਘੇਰਿਆ ਤਾਂ ਉਹਨਾਂ ਦੇ ਵਿਚਾਲੇ ਇੱਕਦਮ ਸ਼ਾਂਤੀ ਨਾਲ ਖੜਾ ਹੋ ਗਿਆ ਉਹਨੇ ਕਿਹਾ ਕਿ ਇਰਾਦਾ ਉਹਨੋਂ ਲੋਕ ਬੜੇ ਹੈਰਾਨ ਹੋਏ ਉਹਨਾਂ ਨੇ ਜੰਜੀਰਾਂ ਕੱਢੀਆਂ ਉਹਨੇ ਹੱਥ ਅੱਗੇ ਕਰ ਦਿੱਤੇ ਉਹਨਾਂ ਦੇ ਹੱਥ ਕੰਬ ਰਹੇ ਹਨ ਡਰ ਰਹੇ ਹਨ ਉਹ ਕਿ ਪਤਾ ਨਹੀਂ ਮਾਰ ਦੇਵੇ ਜਾਂ ਕੀ ਕਰੇ ਤਾਂ ਉਹ ਕਹਿੰਦਾ ਕਿ ਕੰਬੋ ਨਾ ਹੱਥ ਕਿਉਂ ਕੰਬਾਉਂਦੇ ਹੋ ਲਿਆਓ ਮੈਂ ਜੰਜੀਰ ਕੱਸਦੇ ਆ ਉਹਨਾਂ ਜੰਜੀਰ ਬੰਨਣ ਚ ਸਹਾਇਤਾ ਕਰਦਾ ਹੈ ਬੜੇ ਹੈਰਾਨ ਹੋਏ ਜਦ ਜੰਜੀਰਾਂ ਜੰਜੂਰਾਂ ਕਸੀਆਂ ਗਈਆਂ ਤਦ ਉਹਨਾਂ ਨੇ ਉਹ ਤੋਂ ਪੁੱਛਿਆ ਵੀ ਤੁਸੀਂ ਆਦਮੀ ਕਿਹੋ ਜਿਹਾ ਹੋ ਅਸੀਂ ਤੁਹਾਡੇ ਹੱਥ 'ਚ ਜ਼ੰਜੀਰ ਬਨ ਰਹੇ ਹਾਂ ਤੁਸੀਂ ਸਹਾਇਤਾ ਕਰ ਰਹੇ ਹੋ ਅਸੀਂ ਤਾਂ ਡਰੇ ਸੀ ਝਗੜਾ ਹੋਏਗਾ ਮਾਰਕੁੱਟਾਈ ਹੋਏਗੀ ਕੁਛ ਉਪੱਧਰ ਹੋ ਜਾਏਗਾ ਉਹਨੇ ਕਿਹਾ ਕਿ ਨਹੀਂ ਹੁਣ ਤੁਹਾਨੂੰ ਮਜ਼ਾ ਆ ਰਿਹਾ ਜ਼ੰਜੀਰਾਂ ਬਨਣ 'ਚ ਤਾਂ ਸਾਨੂੰ ਵੀ ਮਜ਼ਾ ਆ ਰਿਹਾ ਬਨਵਾਉਣ 'ਚ ਹੁਣ ਝਗੜਾ ਕੀ ਕਰਨਾ ਹੈ ਇਸ 'ਚ ਬੜਾ ਮਜ਼ਾ ਆ ਰਿਹਾ ਹੁਣ ਬੋਲੋ ਕਿੱਥੇ ਚੱਲਣਾ ਹੈ ਉਹਨਾਂ ਨੇ ਕਿਹਾ ਹੁਣ ਤੁਹਾਨੂੰ ਦੱਸਣ 'ਚ ਸਾਨੂੰ ਸ਼ਰਮ ਆਉਂਦੀ ਹੈ ਪਰ ਅਸੀਂ ਤਾਂ ਗੁਲਾਮਾਂ ਨੂੰ ਫੜਨ ਵਾਲੇ ਲੋਕਾਂ ਹਾਂ ਹਾਂ ਅਸੀਂ ਤੁਹਾਨੂੰ ਬਾਜ਼ਾਰ ਲੈ ਚੱਲਾਂਗੇ ਵੇਚਣ ਉਨੇ ਕਹਿਆ ਚਲੋ ਉਹ ਇੰਨੀ ਖੁਸ਼ੀ ਨਾਲ ਚੱਲਣ ਲੱਗਿਆ ਕਿ ਉਹਨਾਂ ਦੀ ਚਾਲ ਹੌਲੀ ਹੁੰਦੀ ਹੈ ਉਹ ਤੇਜ਼ੀ ਨਾਲ ਤੁਰਦਾ ਉਹਨੂੰ ਕਹਿੰਦੇ ਆ ਜ਼ਰਾ ਹੌਲੀ ਵੀ ਚੱਲੋ ਇੰਨੀ ਛੇਤੀ ਵੀ ਕੀ ਹੈ ਉਹ ਕਹਿੰਦਾ ਪਰ ਬਾਜ਼ਾਰ ਚੱਲ ਹੀ ਰਹੇ ਆ ਛੇਤੀ ਚਲੀਏ ਫਿਰ ਉਹ ਬਾਜ਼ਾਰ ਚ ਪਹੁੰਚ ਗਏ ਬੜੀ ਭੀੜ ਲੱਗ ਗਈ ਜੋ ਲੋਕ ਗੁਲਾਮਾਂ ਨੂੰ ਖਰੀਦਣ ਆਏ ਅਜਿਹੇ ਗੁਲਾਮ ਆਮ ਤੌਰ ਤੇ ਵਿਕਣ ਨਹੀਂ ਆਇਆ ਸੀ ਕਿਉਂਕਿ ਇਹ ਤਾਂ ਸ਼ਾਹੀ ਸਮਰਾਟ ਜਿਆਦ ਵੀ ਸੀ ਬਹੁਤ ਭੀੜ ਲੱਗ ਗਈ ਥੜੇ ਉੱਤੇ ਉਹਨੂੰ ਖੜਾ ਕੀਤਾ ਗਿਆ ਜਿੱਥੇ ਗੁਲਾਮ ਵੇਚੇ ਜਾਂਦੇ ਐ ਤੇ ਜੋ ਗੁਲਾਮ ਵੇਚਣ ਵਾਲਾ ਨਿਲਾਮ ਕਰਨ ਵਾਲਾ ਸੀ ਉਹਨੇ ਚਿਲਾ ਕੇ ਕਿਹਾ ਕਿ ਇੱਕ ਗੁਲਾਮ ਵੇਚਣ ਆਇਆ ਹੈ ਕਿਸੇ ਨੇ ਖਰੀਦਣਾ ਹੋਵੇ ਤਾਂ ਉਸ ਡਾਇਓਨੀਸ ਨੇ ਕਿਹਾ ਚੁੱਪ ਨਾ ਸਮਝ ਉਹਨਾਂ ਲੋਕਾਂ ਤੋਂ ਪੁੱਛ ਕੇ ਮੈਂ ਅੱਗੇ ਚੱਲ ਰਿਹਾ ਸੀ ਕਿ ਉਹ ਅੱਗੇ ਚੱਲ ਰਹੇ ਸੀ ਤੇ ਜ਼ੰਜੀਰਾਂ ਉਹਨਾਂ ਨੇ ਬੰਨੀਆਂ ਕਿ ਮੈਂ ਬਨਵਾਈਆਂ ਉਹਨਾਂ ਲੋਕਾਂ ਨੇ ਕਿਹਾ ਕਿ ਗੱਲ ਤਾਂ ਇਹ ਠੀਕ ਹੀ ਕਹਿ ਰਿਹਾ ਜੇਕਰ ਅਸੀਂ ਲੋਕ ਜੰਜੀਰਾ ਬੰਨਦੇ ਤਾਂ ਸਾਨੂੰ ਅਜੇ ਵੀ ਭਰੋਸਾ ਨਹੀਂ ਹੈ ਕਿ ਇਹਨੂੰ ਬੰਨ੍ਹ ਸਕਦੇ ਸੀ ਇਹਨੇ ਬਨਵਾਈਆਂ ਤੇ ਜਿੱਥੋਂ ਤੱਕ ਅੱਗੇ ਚੱਲਣ ਦਾ ਸਵਾਲ ਹੈ ਉਹ ਇੰਨੀ ਤੇਜ਼ੀ ਨਾਲ ਚੱਲਦਾ ਹੈ ਕਿ ਅਸੀਂ ਲੋਕੇ ਦੇ ਪਿੱਛੇ ਦੌੜਦੇ ਹੋਏ ਆ ਰਹੇ ਹਾਂ ਯਾਨੀ ਅਸੀਂ ਇਹਨੂੰ ਬਾਜ਼ਾਰ 'ਚ ਲਿਆਏ ਹਾਂ ਇਹ ਕਹਿਣਾ ਗਲਤ ਹੈ ਅਸੀਂ ਇਹਦੇ ਪਿੱਛੇ ਆਏ ਹਾਂ ਇਹ ਹੀ ਠੀਕ ਹੈ ਤੇ ਇਹ ਕਹਿਣਾ ਵੀ ਠੀਕ ਨਹੀਂ ਹੈ ਕਿ ਅਸੀਂ ਇਹਨੂੰ ਗੁਲਾਮ ਬਣਾਇਆ ਇਹ ਹੀ ਕਹਿਣਾ ਠੀਕ ਹੈ ਕਿ ਇਹ ਆਦਮੀ ਗੁਲਾਮ ਬਣਨ ਨੂੰ ਤਿਆਰ ਹੋ ਗਿਆ ਅਸੀਂ ਇਹਨੂੰ ਬਣਾਇਆ ਨਹੀਂ ਡਾਇਨਿਸ ਨੇ ਕਿਹਾ ਨਾ ਸਮਝ ਇਸ ਤਰ੍ਹਾਂ ਦੀ ਗੱਲ ਨਾ ਕਰ ਮੈਂ ਖੁਦ ਹੀ ਆਵਾਜ਼ ਲਗਾ ਦੇਣਾ ਤੇਰੀ ਆਵਾਜ਼ ਵੀ ਕਮਜ਼ੋਰ ਹੈ ਇੰਨੀ ਢੇਰ ਚ ਸੁਣਾਈ ਨਹੀਂ ਪੈਗੀ ਡਾਇਜ਼ਨੀਜ਼ ਨੇ ਚਿਲਾ ਕੇ ਕਿਆ ਕਿ ਅੱਜ ਇੱਕ ਮਾਲਕ ਇਸ ਬਾਜ਼ਾਰ ਚ ਵੇਕਣ ਆਇਆ ਕਿਸੇ ਨੇ ਖਰੀਦਣਾ ਹੋਵੇ ਤਾਂ ਖਰੀਦੇ ਤਾਂ ਕਿਸੇ ਨੇ ਉਹ ਤੋਂ ਪੁੱਛਿਆ ਕਿ ਤੁਸੀਂ ਖੁਦ ਨੂੰ ਮਾਲਕ ਕਹਿੰਦੇ ਹੋ ਉਹਨੇ ਕਿਹਾ ਕਿ ਮੈਂ ਖੁਦ ਨੂੰ ਮਾਲਕ ਕਹਿੰਦਾ ਆਪਣੀ ਮਰਜ਼ੀ ਨਾਲ ਮੈਂ ਜ਼ੰਜੀਰਾਂ ਬੰਨੀ ਆਪਣੀ ਮਰਜ਼ੀ ਨਾਲ ਆਇਆ ਆਪਣੀ ਮਰਜ਼ੀ ਨਾਲ ਮੈਂ ਵਿਕ ਰਿਹਾ ਆਪਣੀ ਮਰਜ਼ੀ ਨਾਲ ਮੈਂ ਜਾਵਾਂਗਾ ਮੇਰੀ ਮਰਜ਼ੀ ਦੇ ਖਿਲਾਫ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਜੋ ਵੀ ਹੁੰਦਾ ਹੈ ਉਹਨੂੰ ਮੈਂ ਆਪਣੀ ਮਰਜ਼ੀ ਬਣਾ ਲੈਣਾ ਸਮਝ ਰਹੇ ਹੋ ਨਾ ਉਹ ਇਹ ਕਹਿ ਰਿਹਾ ਕਿ ਜੋ ਵੀ ਹੁੰਦਾ ਹੈ ਉਹਨੂੰ ਮੈਂ ਆਪਣੀ ਮਰਜ਼ੀ ਬਣਾ ਲੈਣਾ ਇਹ ਆਦਮੀ ਤਥਾਤਾ ਨੂੰ ਉਪਲਬਧ ਹੈ ਤਥਾਤਾ ਦਾ ਇਹ ਮਤਲਬ ਹੈ ਕਿ ਜਿਸ ਵਿੱਚ ਸਾਰੀ ਚੀਜ਼ਾਂ ਜੋ ਵੀ ਹੋ ਰਹੀਆਂ ਉਹਦੇ ਲਈ ਉਹ ਰਾਜ਼ੀ ਹੈ ਜਿਹਦਾ ਕੋਈ ਵਿਰੋਧ ਹੀ ਨਹੀਂ ਜਿਹਨੂੰ ਤੁਸੀਂ ਕਿਸੇ ਵੀ ਹਾਲਤ ਹਰਾ ਨਹੀਂ ਸਕਦੇ ਕਿਉਂਕਿ ਉਹ ਖੁਦ ਹਾਰ ਜਾਏਗਾ ਜਿਹਨੂੰ ਤੁਸੀਂ ਮਾਰ ਨਹੀਂ ਸਕਦੇ ਕਿਉਂਕਿ ਉਹ ਮਾਰ ਖਾਣ ਲਈ ਰਾਜ਼ੀ ਹੋ ਜਾਏਗਾ ਜਿਹਨੂੰ ਤੁਸੀਂ ਦਬਾ ਨਹੀਂ ਸਕਦੇ ਕਿਉਂਕਿ ਤੁਸੀਂ ਦਬਾਓਗੇ ਉਸ ਤੋਂ ਪਹਿਲਾਂ ਹੀ ਉਹ ਦਬ ਜਾਏਗਾ ਜਿਹਦੇ ਨਾਲ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਜੋ ਵੀ ਕਰੋਗੇ ਉਹਦਾ ਕੋਈ ਵਿਰੋਧ ਨਹੀਂ ਹੈ ਇਹ ਤਾਂ ਬੜਾ ਮਹਾਂ ਸੰਕਲਪ ਹੈ তথাਤਾ ਪਰਮ ਸੰਕਲਪ ਹੈ ਅਲਟੀਮੇਟਮ ਅਲਟੀਮੇਟ ਵੈਲ ਸੋ ਜੋ তথাਤਾ ਨੂੰ ਉਪਲਬਧ ਹੈ ਉਹ ਤਾਂ ਪਰਮਾਤਮਾ ਨੂੰ ਉਪਲਬਧ ਹੋ ਗਿਆ ਇਸ ਲਈ ਇਸ ਸਵਾਲ ਨੂੰ ਜੇ ਉਹਨਾਂ ਪੁੱਛੋ ਕਿ ਸਾਖਸ਼ੀ ਦੇ ਸਾਧਕ ਨੂੰ ਜਾਂ ਤਥਾਤਾ ਦੇ ਸਾਧਕ ਨੂੰ ਸੰਕਲਪ ਦੀ ਸਾਧਨਾ ਤੋਂ ਜੋ ਮਿਲਦਾ ਉਹ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਤਾਂ ਮਿਲਿਆ ਹੀ ਹੋਇਆ ਇਸ 'ਚ ਕੋਈ ਕਠਿਨਾਈ ਨਹੀਂ ਹੈ ਉਹਨੂੰ ਸੰਕਲਪ ਦੀ ਸਾਧਨਾ ਅਤਿ ਮੁਢਲੀ ਹੈ ਸਾਖਸ਼ੀ ਦੀ ਸਾਧਨਾ ਵਿਚਾਰ ਲਈ ਹੈ ਤਥਾਤਾ ਦੀ ਸਾਧਨਾ ਸਿਖਰ ਲਈ ਹੈ ਸੰਕਲਪ ਤੋਂ ਸ਼ੁਰੂ ਕਰੋ ਸਾਖਸ਼ੀ ਤੇ ਯਾਤਰਾ ਕਰੋ ਤਥਾਤਾ ਤੇ ਪਹੁੰਚ ਜਾਓ ਇਹਨਾਂ ਤਿੰਨਾਂ 'ਚ ਵਿਰੋਧ